पिंड मानुके गिल दे 20 साला हैंडीकैप हरमेश सिंह दा कहना है कि मेहनत करके अपना गुजारा करदा हां, भीख नहीं मंगांगा। मेरे दिल दी इको ही तमन्ना है कि मैं बब्बू मान नू मिलना चाहुंदा हां। बब्बू मान दा बहुत वड्डा फैन हां। मैनू दोस्तां मित्रां दे फोन तां बहुत आउंदे ने कि असीं तैनूं बब्बू मान नाल जरूर मिलावांगे। पिंड विच साडी कोई मदद नहीं करदा, लोक लखां रुपए गुरद्वारियां विच दान दिंदे हन। असीं इस नूं गलत नहीं कहिंदे, पर गरीबां दी मदद करना भले दा काम हुंदा है। बाकी नौजवानां नूं मैं इक्को ही अपील करदा हां कि सानूं मेहनत करनी चाहीदी है। सरकारां नूं साडे वर्गे हैंडीकैप बंदियां बारे सोचना चाहीदा है। दूजे पासे जदों पिंड दे सरपंच निर्मल सिंह नाल गल कीती तां उन्हां दस्सिया कि इहो जिहे बंदियां तों सानूं सेध लैणी चाहीदी है ਜੋ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਸਰਕਾਰਾਂ ਨੂੰ ਵੀ ਇਹੋ ਜਿਹੇ ਹੈਂਡੀਕੈਪ ਲੋਕਾਂ ਲਈ ਬਜਟ ਲਿਆਉਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੇ ਗੁਜ਼ਾਰੇ ਲਈ ਕੋਈ ਮਾਲੀ ਸਹਾਇਤਾ ਕੀਤੀ ਜਾ ਸਕੇ। ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਤਾਂ ਬਹੁਤ ਹਨ, ਮੰਦਰ ਵੀ ਬਹੁਤ ਹਨ। ਲੋਕ ਉੱਥੇ ਖੁੱਲ੍ਹ ਕੇ ਮੰਦਰਾਂ 'ਚ ਦਾਨ ਕਰਦੇ ਨੇ, ਗੁਰਦੁਆਰਿਆਂ 'ਚ ਆਟੇ ਦੀਆਂ ਥੈਲੀਆਂ ਦਿੰਦੇ ਨੇ। ਇਹਨੂੰ ਗਲਤ ਨਹੀਂ ਕਿਹਾ ਜਾ ਸਕਦਾ, ਪਰ ਇਹਨਾਂ ਵਰਗੇ ਗਰੀਬ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਜਿਹੜੇ ਮਿਹਨਤ ਕਸ਼ ਲੋਕ ਆਪਣੀ ਮਿਹਨਤ ਕਰਕੇ ਗੁਜ਼ਾਰਾ ਕਰਦੇ ਨੇ, ਭੀਖ ਮੰਗਣ ਨੂੰ ਪਾਪ ਸਮਝਦੇ ਨੇ। ਨਹੀਂ ਤਾਂ ਕਈ ਚੰਗੇ ਭਲੇ ਲੋਕ ਲੁੱਟਾਂ ਖੋਹਾਂ ਕਰੀ ਜਾਂਦੇ ਨੇ। ਨੌਜਵਾਨ ਪੀੜ੍ਹੀ ਨੂੰ ਨਸ਼ੇ ਦਾ ਰਾਕਸ਼ਸ ਖਾਈ ਜਾਂਦਾ ਹੈ। ਕਈ ਮਾਵਾਂ ਦੇ ਪੁੱਤ ਇਸ ਜਹਾਨ ਤੋਂ ਤੁਰ ਗਏ। ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਲੋਕ ਮਿਹਨਤ ਕਰਦੇ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਹਰਮੇਲ ਸਿੰਘ ਜੀ, ਤੁਸੀਂ ਝੋਨਾ ਲਗਾਉਂਦੇ ਹੋ, ਹੈਂਡੀਕੈਪ ਹੋ, ਅੱਜ ਕੱਲ੍ਹ ਤਾਂ ਲੋਕ ਕਰਦੇ ਹੀ ਨਹੀਂ ਕੰਮ, ਭੀਖ ਮੰਗਣ ਲੱਗ ਜਾਂਦੇ ਆ, ਲੁੱਟਾਂ ਖੋਹਾਂ ਕਰਨ ਲੱਗ ਜਾਂਦੇ ਆ, ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ, ਮੈਂ ਆਪਦੀ ਮਿਹਨਤ ਕਰਕੇ ਖਾਂਦਾ ਜੀ, ਜਿੰਨੀ ਵੀ ਮੇਰੇ ਤੋਂ ਹੁੰਦੀ ਆ। ਇਸ ਦਿਨਾਂ 'ਚ ਮੈਂ ਝੋਨਾ ਲਾਉਂਦਾ ਜੀ, ਗਾਂਹ ਫਿਰ ਮੈਂ ਦਿਹਾੜੀ ਕਰਦਾ ਜੀ, ਮਿਸਤਰੀਆਂ ਨਾਲ ਕੰਮ ਕਰਦਾ। ਤੁਹਾਡੇ ਪਰਿਵਾਰ ਦੇ ਮਿਹਨਤ ਕਰਕੇ ਖਾਣਾ ਚਾਹੁੰਦਾ? ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਜੀ ਇੱਕ ਵੱਡਾ ਭਾਈ ਆ, ਉਹ ਅੱਡ ਆ ਜੀ, ਅਤੇ ਮੈਂ ਅਤੇ ਮਾਤਾ ਇਕੱਠੇ ਹਾਂ ਜੀ। ਤੁਸੀਂ ਹੈਂਡੀਕੈਪ ਹੋ, ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਬੱਬੂ ਮਾਨ ਦੇ ਟਵਿੱਟ ਦੇ ਉੱਤੇ, ਕੀ ਕਹਿਣਾ ਚਾਹੋਗੇ ਤੁਸੀਂ? ਕੀ ਹੈ, ਤੁਸੀਂ ਬੱਬੂ ਮਾਨ ਨੂੰ ਮਿਲਣਾ ਕਿਉਂ ਮਿਲਣਾ ਚਾਹੁੰਦੇ ਹੋ? ਹਾਂਜੀ, ਮੈਂ ਮਿਲਣਾ ਚਾਹੁੰਦਾ ਜੀ, ਉਹਨਾਂ ਨੇ ਮੇਰੀ ਪੋਸਟ ਪਾਈ ਸੀਗੀ। ਥੋੜ੍ਹਾ ਜ਼ੋਰ ਨਾਲ। ਪਹਿਲਾਂ ਮੇਰੀ ਪੋਸਟ ਪਈ ਸੀਗੀ ਜੀ, ਪਹਿਲੀ ਵਾਰ ਉਦੋਂ ਮੇਰਾ ਨੰਬਰ ਬੰਦ ਕਰਵਾਇਆ ਗਿਆ ਸੀਗਾ, ਪਿੰਡ ਰਾਊ ਵਾਲੇ ਤੋਂ ਬਾਈ ਦੀਪ ਆ, ਦੀਪ ਬਾਈ ਬਠਿੰਡਾ ਕਿੰਗ, ਅਤੇ ਉਹ ਮੇਰੀ ਹੈਲਪ ਬਹੁਤ ਕਰ ਰਹੇ ਆ, ਇਸ ਟਾਈਮ ਵੀ ਮੇਰੀ ਹੈਲਪ ਕਰ ਰਹੇ ਆ। ਪਿਛਲੀ ਵਾਰ ਵੀ ਉਹਨਾਂ ਨੇ ਮੇਰੀ ਹੈਲਪ ਕੀਤੀ ਸੀ, ਪਰ ਵੀਰਾਂ ਤਾਂ ਹੀ ਮੇਰੀ ਗੱਲਬਾਤ ਪਹੁੰਚੀ ਸੀ, ਦੋ ਤਿੰਨਾਂ ਬਾਈਆਂ ਦੀ ਮੈਨੂੰ ਮਦਦ ਵੀ ਆਈ ਸੀਗੀ, ਅਤੇ ਜੀ ਮੇਰਾ ਉਹਨਾਂ ਨੇ ਨੰਬਰ ਬੰਦ ਕਰਵਾਤਾ ਸੀਗਾ, ਕਿਸੇ ਦੇ ਪਰੂਫ 'ਤੇ ਨੰਬਰ ਚੱਲ ਰਿਹਾ ਸੀ, ਮੈਂ ਬਾਹਰ ਕੰਮ ਕਰਦਾ ਸੀ। ਉਦੋਂ ਬਾਅਦ ਫਿਰ ਹੁਣ ਬਾਈ ਜੀ ਨੇ, ਮਾਨ ਸਾਹਿਬ ਨੇ ਮੇਰੀ ਪੋਸਟ ਚੱਕੀ ਸੀਗੀ, ਅਤੇ ਬਾਈ ਮਾਨ ਸਾਹਿਬ ਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਬਾਈ ਜੀ ਨੂੰ ਇੱਕ ਵਾਰੀ ਮਿਲਣਾ ਜ਼ਰੂਰ ਵਾ, ਮੈਂ ਬਾਈ ਜੀ ਨੂੰ ਮਿਲਣ ਦੇ ਵਿੱਚ ਮੇਰੀ ਬਹੁਤ ਚਾਹਣਾ ਵਾ ਹੁਣ। ਹਾਂਜੀ, ਮੈਂ ਕਹਿੰਦਾ ਵੀ ਮੈਨੂੰ ਬਾਈ ਸਾਹਿਬ ਜੀ ਦਾ ਫੋਨ ਆਵੇ, ਉਹਨਾਂ ਦੇ ਯਾਰਾਂ ਦੋਸਤਾਂ ਦੇ ਮੈਨੂੰ ਫੋਨ ਆਈ ਜਾਂਦੇ, ਹੌਂਸਲਾ ਦੇਈ ਜਾਂਦੇ, ਹਾਂਜੀ ਤੈਨੂੰ ਆਉਣਗੇ ਫੋਨ, ਬਾਈ ਲਾਊਗਾ, ਬਾਈ ਤੈਨੂੰ ਫੋਨ ਜ਼ਰੂਰ ਲਾਊਗਾ। ਪਰ ਬਾਈ ਨੂੰ ਮੈਂ ਇਹ ਮੰਗ ਕਰਨਾ ਚਾਹੁੰਦਾ ਕਿ ਮੈਂ ਬਾਈ ਆਪਦੀ ਮਿਹਨਤ ਕਰਨੀ ਨਹੀਂ ਛੱਡਦਾ ਗਾ, ਮਿਹਨਤ ਮੈਂ ਐਂ ਹੀ ਕਰੂੰਗਾ, ਪਰ ਬਾਈ ਨੂੰ ਮੈਂ ਮਿਲਣਾ ਇੱਕ ਵਾਰੀ ਜ਼ਰੂਰ ਹੈ। ਕਦੋਂ ਤੋਂ ਇਹ ਜਿਹੜੀ ਤੂੰ ਹੈਂਡੀਕੈਪ ਹੋਇਆ ਭਰਾ, ਕੀ ਪ੍ਰੋਬਲਮ ਕੀ ਆਈ ਸੀਗੀ ਉਦੋਂ? ਇਹ ਜੀ ਪ੍ਰੋਬਲਮ, ਮੈਂ ਸੀਗਾ ਛੋਟਾ ਜਿਹਾ, ਅਤੇ ਬੁਖਾਰ ਦੇ ਵਿੱਚ ਟੀਕਾ ਲੱਗ ਗਿਆ ਸੀਗਾ ਜੀ, ਅਤੇ ਉੱਥੋਂ ਲੱਤ ਸੁੱਕਣੀ ਸ਼ੁਰੂ ਹੋ ਗਈ ਸੀਗੀ। ਹਾਂਜੀ, ਅਤੇ ਇੱਥੋਂ ਜਿਹੜਾ ਪਿੰਡੋਂ ਆ, ਤੁਸੀਂ ਕਿਵੇਂ ਆਉਂਦੇ ਆ ਇੰਨੀ ਦੂਰ, ਜਿਹੜਾ ਝੋਨਾ ਲਾਉਣ ਆਉਂਦੇ ਆ, ਕਿਵੇਂ ਆਉਂਦੇ, ਕੀ ਸਾਧਨ ਹੈ, ਕਿਵੇਂ ਪੈਦਲ ਆਉਂਦੇ, ਕਿਵੇਂ ਜਾਂਦੇ ਹੋ? ਹਾਂਜੀ, ਪੈਦਲ ਹੀ ਆਉਂਦੇ ਹਾਂ ਜੀ, ਐਡੀ ਦੂਰ ਤੁਰ ਕੇ ਹੀ ਆਉਣਾ ਪੈਂਦਾ ਜੀ, ਕੀ ਕਰ ਗਈ ਫਿਰ, ਮਜਬੂਰੀ ਆ, ਰੋਟੀ ਵੀ ਖਾਣੀ ਆ ਜੀ। ਕੋਈ ਰਾਹ 'ਚ ਕੋਈ ਕੋਈ ਵਹੀਕਲ ਵੂਹਕਲ ਵਾਲਾ ਆ ਕੇ ਕੋਈ ਤੁਹਾਨੂੰ ਰੋਕਦਾ, ਬਹਾ ਕੇ ਨਾਲ ਨਹੀਂ ਲੈ ਕੇ ਆਉਂਦਾ, ਕਿਵੇਂ ਆ? ਨਹੀਂ ਜੀ, ਕੋਈ ਨਹੀਂ ਬਹਾ ਕੇ ਲੈ ਕੇ ਆਉਂਦਾ, ਇਹੋ ਜਿਹਾ ਕੋਈ ਦਿਲ ਤਰਸ ਵੀ ਪੰਜਾਬ ਦੇ ਵਿੱਚ ਬੰਦਾ ਹੈ ਨਹੀਂ ਕਿ ਕੋਈ ਤਰਸ ਕਰਨ ਵਾਲਾ, ਕੋਈ ਬੰਦੇ ਹੀ ਆ ਵੀ ਜਿਹੜੇ ਹੈਗੇ ਆ ਵਿੱਚੋਂ 100 'ਚੋਂ 1 ਹੀ ਆ ਤਰਸ ਕਰਨ ਵਾਲੇ। ਤੁਸੀਂ ਇੱਕ ਹੈਂਡੀਕੈਪ ਹੋ ਅਤੇ ਕੰਮ ਕਰਕੇ ਆਪਦਾ ਗੁਜ਼ਾਰਾ ਚਲਾਉਂਦੇ ਆ, ਚੰਗੇ ਭਲੇ ਬੰਦੇ ਤਾਂ ਕੰਮ ਵੀ ਨਹੀਂ ਕਰਕੇ ਰਹੇ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗਾ ਜੀ, ਕੰਮ ਕਰੋ ਜੀ ਆਪਦਾ, ਮਿਹਨਤ ਆਪਦੀ ਜ਼ਰੂਰੀ ਹੈ ਜੀ, ਜਿਹੜੀ ਮਿਹਨਤ ਦੀ ਕਰਕੇ ਖਾਣੀ ਉਹਦਾ ਵੱਖਰਾ ਹੀ ਸਵਾਦ ਆ ਜੀ, ਜਿਹੜੀ ਮਿਹਨਤ ਦੀ ਨਹੀਂ ਕਰਕੇ ਖਾਣੀ ਉਹਦੇ ਨਾਲ ਕੁਛ ਨਹੀਂ ਬਣਦਾ ਜੀ, ਸਿਰਫ ਮਿਹਨਤ ਦੀ ਰੋਟੀ ਤਾਂ ਭਲਾ ਅੱਧੀ ਖਾ ਲਾ ਜੀ, ਉਹ ਵੀ ਬੰਦੇ ਨੂੰ ਪੂਰਾ ਢਿੱਡ ਭਰ ਜਾਂਦਾ ਜੀ।
ਕਿਹੜੇ ਪਿੰਡ 'ਚ ਰਹਿੰਦੇ ਤੁਸੀਂ? ਮੇਰਾ ਜੀ ਮਾਣੂਕੇ ਗੱਲ ਪਿੰਡ ਹੀ ਆ। ਮਾਣੂਕੇ ਪਿੰਡ ਦੇ ਵਿੱਚ ਗੁਰਦੁਆਰੇ ਵੀ ਬਹੁਤ ਆ, ਠਾਠਾ ਬਹੁਤ, ਲੋਕੀ ਬਹੁਤ ਕੁਝ ਕਰਦੇ, ਤੁਹਾਡੀ ਕਿਸੇ ਨੇ ਮਦਦ ਕੀਤੀ ਆ ਇੱਥੇ? ਹਾਂਜੀ, ਬਹੁਤ ਧਾਰਮਿਕ ਸਥਾਨ ਆ ਜੀ ਵੱਡੇ ਇੱਥੇ ਪਿੰਡ ਦੇ ਵਿੱਚ, ਮੇਰੇ ਬਹੁਤ ਤਕੜੇ ਤਕੜੇ ਬੰਦੇ ਆ, ਪਰ ਕਿਸੇ ਨੇ ਕੋਈ ਕਿਲੋ ਆਟਾ ਵੀ ਨਹੀਂ ਦਿੱਤਾ ਜੀ ਅਜੇ ਤੱਕ, ਕੋਈ ਕੋਈ ਮਦਦ ਨਹੀਂ ਆਈ ਜੀ ਮੈਨੂੰ। ਕਿਸੇ ਨੇ ਅੱਜ ਤੱਕ ਆਏ ਨਹੀਂ, ਕਿਹਾ ਕਿ ਤੈਨੂੰ ਸੌਦਾ ਹੀ ਦਵਾ ਦਿੰਦੇ ਹਾਂ, ਤੂੰ ਟਾਈਮ ਪਾਸ ਕਿਵੇਂ ਕਰਦਾ? ਸਰਪੰਚ ਜੀ, ਹਾਂਜੀ ਸਰਪੰਚ ਸਾਹਿਬ ਮੇਰਾ ਸਾਥ ਦਿੰਦੇ ਆ, ਪੂਰਾ ਨਾਲ ਖੜ੍ਹੇ ਆ ਮੇਰੇ ਜੀ, ਸਰਪੰਚ ਸਾਹਿਬ ਪੂਰਾ ਸਾਥ ਦੇ ਰਹੇ ਆ ਇਸ ਟਾਈਮ ਮੇਰੇ ਨਾਲ। ਮੈਂ ਸਰਪੰਚ ਸਾਹਿਬ ਜੀ ਦਾ ਵੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਬਹੁਤ ਮੇਰਾ ਸਾਥ ਦੇ ਰਹੇ ਆ ਸਰਪੰਚ ਸਾਹਿਬ ਜੀ, ਮੇਰੇ ਪਿੰਡ ਦੇ ਸਰਪੰਚ ਆ ਜੀ। ਮਾਣੂਕੇ ਪਿੰਡ ਤੋਂ ਕਿੰਨੇ ਕੁ ਕਿਲੋਮੀਟਰ ਪੈਂਦਾ ਜਿੱਥੇ ਤੁਸੀਂ ਝੋਨਾ ਲਾਉਣ ਆਉਂਦੇ ਹੋ? ਜੀ ਪੈਂਦਾ 4-5 ਕਿਲੋਮੀਟਰ ਜੀ। 4-5 ਕਿਲੋਮੀਟਰ ਤੁਰ ਕੇ ਹੀ ਆਉਂਦੇ ਹੋ ਫਿਰ? ਹਾਂਜੀ ਤੁਰ ਕੇ ਹੀ ਆਉਂਦੇ ਹਾਂ ਜੀ। ਤੁਸੀਂ ਸਰਕਾਰਾਂ ਨੂੰ ਕੀ ਕਹੋ ਇਹਨਾਂ ਚਾਹੋਗੇ ਹੱਥ ਜੋੜ ਕੇ ਆਪਦਾ, ਅਤੇ ਵੀ ਸਾਡੇ ਲਈ ਕੀ ਕੀਤਾ ਜਾਵੇ ਤੁਹਾਡੇ ਵਰਗੇ ਲੋਕਾਂ ਲਈ? ਸਾਡੇ ਵਰਗੇ ਲੋਕਾਂ ਲਈ ਜੀ ਕੋਈ ਸਹੂਲਤ ਦਿੱਤੀ ਜਾਵੇ ਸਰਕਾਰਾਂ ਮੂਹਰੇ, ਇਹ ਬੇਨਤੀ ਆ ਕਿ ਮੇਰੀ ਪੈਨਸ਼ਨ ਵੀ ਨਹੀਂ ਲੱਗੀ ਜੀ, ਇਸ ਟਾਈਮ ਮੈਂ ਪੈਨਸ਼ਨ ਲਵਾਂ ਵੀ ਅੱਜ ਹੀ ਹਾਂ, ਜੇ ਮੈਂ ਕਰਦਾ ਹਾਂ ਤਾਂ ਮੈਂ ਖਾਂਦਾ ਜੀ, ਮੈਨੂੰ ਪੈਨਸ਼ਨ ਵੀ ਨਹੀਂ ਮਹੀਨੇ ਦੀ ਮਿਲ ਰਹੀ ਜੀ। ਹਾਂਜੀ ਬਹੁਤ ਜੀ ਮੇਰੀ ਜ਼ਿੰਦਗੀ ਨਰਕ ਹੈ ਇੱਕ ਹਿਸਾਬ ਨਾਲ, ਪਰ ਮੈਂ ਆਪਦਾ ਮਹਾਰਾਜ ਨੂੰ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਕਿ ਮੈਂ ਉਹਦੇ ਸਿਰ 'ਤੇ ਟਾਈਮ ਪਾਸ ਮੇਰਾ ਹੋ ਹੀ ਜਾਂਦਾ। ਬਾਕੀ ਜਿਨ੍ਹਾਂ ਨਾਲ ਮੈਂ ਝੋਨਾ ਲਾਉਂਦਾ ਇਹਨਾਂ ਬਾਈਆਂ ਦਾ ਬਹੁਤ ਧੰਨਵਾਦ ਆ ਕਿ ਮੇਰਾ ਟਾਈਮ ਪਾਸ ਕਰਾਈ ਜਾਂਦੇ ਆ ਜੀ। ਇਹ ਨੌਜਵਾਨ ਹੱਥੀਂ ਮਿਹਨਤ ਕਰਦਾ ਜੀ ਆਪਦਾ, ਕੋਈ ਨਸ਼ਾ ਪੱਤਾ ਨਹੀਂ ਕਰਦਾ ਹੈਗਾ, ਇਹ ਨੌਜਵਾਨ ਤੋਂ ਨੌਜਵਾਨਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਜੀ। ਇਹ ਕੋਈ ਨਸ਼ਾ ਨਹੀਂ ਕਰਦਾ ਹੈਗਾ, ਆਪਦੀ ਮਿਹਨਤ ਕਰਦਾ, ਇੰਨੀ ਗਰਮੀ ਦੇ ਵਿੱਚ ਵੀ ਇਹ ਸਾਰੇ ਆਪਦੇ ਭੈਣ ਭਰਾਵਾਂ ਦੇ ਨਾਲ ਝੋਨਾ ਲਾਉਂਦਾ ਹਰੇਕ ਸੀਜ਼ਨ। ਸਰਕਾਰਾਂ ਨੂੰ ਕੀ ਕਹਿੰਦੇ? ਸਰਕਾਰਾਂ ਤਾਂ ਕਹਿੰਦੀਆਂ ਬਹੁਤ ਕੁਛ ਕਰਦੇ ਆ, ਇੱਕ ਹੈਂਡੀਕੈਪ ਬੰਦਾ ਜਿਹੜਾ ਇੰਨੀ ਮਿਹਨਤ ਕਰਕੇ ਉਹ ਕਹਿੰਦਾ ਮੈਂ ਭੀਖ ਨਹੀਂ ਮੰਗਣਾ ਚਾਹੁੰਦਾ। ਸਰਕਾਰਾਂ ਨੂੰ ਚਾਹੀਦਾ ਜੀ ਜਿਹੜੇ ਹੈਂਡੀਕੈਪਟ ਵੀਰ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸਹੂਲਤਾਂ ਦਿੱਤੀਆਂ ਜਾਣ ਜੀ। ਇਹਨਾਂ ਨੂੰ ਸਮਾਜ ਦੇ ਵਿੱਚ ਵੀ ਲੋਕ ਨਹੀਂ ਚੰਗਾ ਸਮਝਦੇ, ਸਤਿਕਾਰ ਨਹੀਂ ਦਿੰਦੇ ਇਹਨਾਂ ਨੂੰ, ਪਰ ਸਰਕਾਰ ਦਾ ਫਰਜ਼ ਬਣਦਾ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ, ਮੇਨ ਇਹਨਾਂ ਦੇ ਵਿਚਾਰੇ ਗਰੀਬਾਂ ਦੇ ਘਰ ਆ ਜਾਂਦੇ, ਘਰ ਦੀ ਸਹੂਲਤ ਦਿੱਤੀ ਜਾਵੇ, ਇੱਕ ਹੀ ਕਮਰਾ ਇਹਨਾਂ ਇਹ ਨੌਜਵਾਨ ਦੇ ਘਰੇ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ? ਪੂਰੇ ਦੇ ਭੈਣਾਂ ਹੀ ਭਰਾ ਜੀ, ਉਹ ਅੱਡ ਹੈ, ਇਹ ਆਪਦੀ ਮਾਤਾ ਨਾਲ ਰਹਿੰਦਾ ਜੀ। ਇਹ ਗੁਜ਼ਾਰਾ ਫਿਰ ਇੱਦਾਂ ਹੀ ਕਰਦਾ ਜੀ? ਇੱਦਾਂ ਹੀ ਬਸ ਆਪਦਾ ਹਾਲੀ ਇਹ ਕੰਮ ਕਰਦਾ, ਝੋਨੇ ਦੇ ਸੀਜ਼ਨ ਝੋਨਾ ਲਾ ਕੇ ਮੁੜ ਕੇ ਮਿਸਤਰੀ ਦੇ ਨਾਲ ਕੰਮ ਕਰਦਾ ਜੀ। ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਬਹੁਤ ਕਰਦੀ ਆ, ਲੁੱਟਾਂ ਖੋਹਾਂ ਬਹੁਤ ਕਰਦੀ ਆ, ਇਹਦੇ ਤੋਂ ਕੀ ਸਿੱਖਿਆ ਲੈਣੀ, ਕਿਵੇਂ ਕਿ ਦੇਖਦੇ ਹੋ ਤੁਸੀਂ? ਨੌਜਵਾਨਾਂ ਨੂੰ ਇਹ ਤੋਂ ਸਿੱਖਿਆ ਬਹੁਤ ਕੁਛ ਸਿੱਖ ਸਕਦੇ ਆ ਜੀ। ਸਾਡੇ ਪਿੰਡ ਦੇ ਵਿੱਚ ਕਈ ਇਹੋ ਜਿਹੇ ਨੌਜਵਾਨ ਵੀ ਹੈਗੇ ਆ ਜਿਨ੍ਹਾਂ ਨੂੰ 8-10 ਕਿੱਲੇ ਜ਼ਮੀਨ ਆਉਂਦੀ ਹੈ, ਪਰ ਉਹ ਨਸ਼ਾ ਕਰਕੇ ਉਹਨਾਂ ਨੇ ਸਭ ਕੁਛ, ਘਰ ਦਾ ਸਮਾਨ ਵੀ ਵੇਚਤਾ, ਇੱਟਾਂ ਵੀ ਵੇਚਤੀਆਂ, ਗਾਡਰਾਂ ਵੀ ਵੇਚਤੀਆਂ ਆਪਦੇ ਘਰ ਦੀਆਂ, ਅਤੇ ਉਹ ਨੌਜਵਾਨਾਂ ਨੂੰ ਇਹ ਨੌਜਵਾਨ ਤੋਂ ਸਿੱਖਣ ਨੂੰ ਮਿਲਦਾ ਵੀ ਇੱਕ ਹੈਂਡੀਕੈਪਟ ਵੀਰ ਆਪਦਾ ਘਰ ਮਿਹਨਤ ਕਰਕੇ ਚਲਾ ਰਿਹਾ ਜੀ। ਪਿਛਲੇ ਦਿਨੇ ਇਸ ਵੀਰ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਬੱਬੂ ਮਾਨ ਨੇ ਵੀ ਉਹਦੇ 'ਤੇ ਕਮੈਂਟ ਕੀਤਾ ਅਤੇ ਕਿਹਾ ਵਾ ਕਿ ਮੈਂ ਇਸ ਵੀਰ ਨੂੰ ਮਿਲਣਾ, ਕਿਵੇਂ ਉਹ ਕੀ ਕਹਿਣਾ ਚਾਹੋਗੇ ਉਸ ਬਾਰੇ? ਅਸੀਂ ਉਹਦੇ ਬਾਰੇ ਕਹਿਣਾ ਚਾਹੁੰਦੇ ਹਾਂ ਭਗਵੰਤ ਬੱਬੂ ਮਾਨ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੀ ਵੀਡੀਓ ਸ਼ੇਅਰ ਕਰੀ, ਫੋਟੋ ਸ਼ੇਅਰ ਕਰੀ ਹੈ, ਅਤੇ ਅਸੀਂ ਬੱਬੂ ਮਾਨ ਬਾਈ ਨੂੰ ਕਹਿਣਾ ਅਪੀਲ ਕਰਨਾ ਚਾਹੁੰਦੇ, ਇਹ ਗਰੀਬ ਬੰਦੇ ਦੀ ਜੇ ਤੁਸੀਂ ਬਾਂਹ ਫੜੀ ਹੈ ਤਾਂ ਇਹਦੀ ਵੱਧ ਤੋਂ ਵੱਧ ਮਦਦ ਕਰੋ ਜੀ।